11 ਤੋਂ 21 ਅਗਸਤ ਤੱਕ ਚੱਲਣ ਵਾਲੇ ਇਫਸਾ ਫਿਲਮ ਫੈਸਟੀਵਲ ਦਾ ਰੈੱਡ ਕਾਰਪੇਟ ਗਾਲਾ ਸਮਾਗਮ ਕੀਤਾ ਗਿਆ। ਫਿਲਮਕਾਰ, ਸੰਗੀਤਕਾਰ, ਐਕਟਰਸ ਅਤੇ ਫਿਲਮੀ ਉਦਯੋਗ ਦੇ ਨਾਲ ਤਾਲੁਕ ਰੱਖਦੇ ਹੋਰਨਾਂ ਵਿਅਕਤੀਆਂ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਇਫਸਾ ਵਿੱਚ ਵਿਖਾਈਆਂ ਜਾਣ ਵਾਲੀਆਂ ਫਿਲਮਸ ਦੇ ਨਿਰਮਾਤਾ ਨਿਰਦੇਸ਼ਕ ਆਪੋ ਆਪਣੀਆਂ ਫਿਲਮਸ ਦੀਆਂ ਕਹਾਣੀਆਂ ਤੋਂ ਮੌਜੂਦਾ ਵਿਅਕਤੀਆਂ ਨੂੰ ਰੂਬਰੂ ਕਰਾਉਂਦੇ ਨਜ਼ਰ ਆਏ। ਇਫਸਾ 2022 ਦੀ ਸ਼ੁਰੂਆਤ ਪੂਰੇ ਜ਼ੋਰ ਸ਼ੋਰ ਦੇ ਨਾਲ ਹੋਈ ਹੈ। ਹਾਲ ਹੀ ਵਿੱਚ ਉਹਨਾਂ ਦਾ ਰੈੱਡ ਕਾਰਪੇਟ ਗੈਲਾ ਆਯੋਜਿਤ ਕੀਤਾ ਗਿਆ। ਆਮ ਤੌਰ 'ਤੇ ਫਿਲਮ ਫੈਸਟੀਵਲਸ ਵਿੱਚ ਅਦਾਕਾਰਾਂ ਨੂੰ, ਨਿਰਮਾਤਾ ਨਿਰਦੇਸ਼ਕਾਂ ਨੂੰ ਇੱਕ ਦੂਜੇ ਨਾਲ ਮਿਲਣ ਗਿਲਣ ਦਾ ਮੌਕਾ ਘੱਟ ਹੀ ਮਿਲਦਾ ਹੈ। ਜ਼ਿਆਦਾਤਰ ਇਹ ਵਿਅਕਤੀ ਆਪੋ ਆਪਣੀਆਂ ਫਿਲਮਸ ਦੇ ਪ੍ਰੀਮੀਅਰਸ 'ਤੇ ਜਾ ਕੇ ਦਰਸ਼ਕਾਂ ਦੇ ਹੀ ਰੂਬਰੂ ਹੁੰਦੇ ਹਨ, ਪਰ ਇਸ ਰੈੱਡ ਕਾਰਪੇਟ ਸਮਾਰੋਹ ਰਾਹੀਂ ਫਿਲਮੀ ਉਦਯੋਗ ਦੇ ਨਾਲ ਸੰਬੰਧਿਤ ਹਰ ਵਿਅਕਤੀ ਨਾ ਸਿਰਫ ਆਪਣੇ ਦਰਸ਼ਕਾਂ ਦੇ ਨਾਲ ਸਗੋਂ ਆਪਣੇ ਹਮ ਰੁਤਬਾ ਨਾਲ ਵੀ ਮਿਲਣ ਗਿਲਣ ਅਤੇ ਇੱਕ ਦੂਜੇ ਦੇ ਕੰਮ ਤੋਂ ਜਾਣੂ ਹੋਣ ਦਾ ਮੌਕਾ ਲੈ ਸਕਦਾ ਹੈ। ਇਸ ਦੌਰਾਨ ਓਮਨੀ ਨੇ ਗੱਲ ਕੀਤੀ ਕੁਝ ਅਜਿਹੇ ਫਿਲਮਕਾਰਾਂ ਦੇ ਨਾਲ ਜੋ ਸਾਊਥ ਏਸ਼ੀਅਨ ਪਿਛੋਕੜ ਦੇ ਨਾਲ ਸੰਬੰਧਿਤ ਹਨ। ਉਹ ਆਪਣੇ ਭਾਈਚਾਰੇ ਦੀਆਂ ਹੀ ਕਹਾਣੀਆਂ ਅਤੇ ਆਪਣੇ ਭਾਈਚਾਰੇ ਦੇ ਹੀ ਅਦਾਕਾਰਾਂ ਰਾਹੀਂ ਇਫਸਾ ਦੇ ਜਨਤਕ ਜ਼ਰੀਏ ਰਾਹੀਂ ਸਭਨਾਂ ਤੱਕ ਪਹੁੰਚਾ ਰਹੇ ਨੇ। ਸਟੀਵ ਨਿੱਜਰ, ਜੋ ਕਿ ਇੱਕ ਡਾਕਿਊ ਫੀਚਰ ਰਾਹੀਂ ਆਪਣੀ ਕਹਾਣੀ ਲੈ ਕੇ ਆ ਰਹੇ ਹਨ, ਉਹਨਾਂ ਦੱਸਿਆ ਕਿ ਹਾਲਾਂਕਿ ਉਹ ਦਹਾਕਿਆਂ ਤੋਂ ਕੈਨੇਡਾ ਵਿੱਚ ਰਹਿ ਰਹੇ ਨੇ, ਪਰ ਉਹਨਾਂ ਦੀ ਪੰਜਾਬ ਦੇ ਨਾਲ ਵੀ ਗੂੜੀ ਸਾਂਝ ਹੈ। ਜਿਹੜਾ ਵੀ ਬੰਦਾ ਇਸ ਫਿਲਮ 'ਤੇ ਹੈ ਉਹ ਮੇਰੀ ਜ਼ਿੰਦਗੀ ਤੋਂ ਸ਼ੁਰੂਆਤ ਤੋਂ ਮੇਰੇ ਨਾਲ ਹੈ। ਸੋ ਜਿਹੜਾ ਅਸੀਂ ਇੰਡੀਆ ਸ਼ੂਟ ਕੀਤਾ ਸੀ ਉਹ ਮੇਰੇ ਘਰ, ਪਿੰਡ, ਖੂਹ, ਮੇਰੇ ਨਾਨਕੇ, ਅਸੀਂ ਉਹ ਇਕੱਲਾ ਸ਼ੂਟ ਕੀਤਾ ਸੀਗਾ। ਮੈਂ ਫਿਰ ਛੋਟਾ ਹੁੰਦਾ ਤਾਂ ਨਹੀਂ ਸੀ ਅਸੀਂ ਸ਼ੂਟ ਕਰ ਸਕਦੇ। ਫਿਰ ਮਜੋਰਟੀ 95% ਸ਼ੂਟਿੰਗ ਅਸੀਂ ਇੱਥੇ ਕੀਤੀ ਆ, ਕਿਉਂਕਿ ਅਸੀਂ ਪਹਿਲਾ ਪਰਿਵਾਰ ਸੀ ਇੱਥੇ 1974 ਦੇ ਵਿੱਚ ਜਿਹੜਾ ਆਏ ਸੀ। ਸੋ ਸਾਡਾ ਉਸ ਸਮੇਂ ਦਾ ਪਰਿਵਾਰ ਇੱਥੇ ਆ। ਸੋ ਉਹ ਤੋਂ ਬਾਅਦ ਅਸੀਂ ਇੱਥੇ ਇੱਥੇ ਪਲੇ ਹਾਂ, ਆਹੀ ਸਾਡਾ ਮੁਲਕ ਹੈ, ਪਰ ਪੰਜਾਬ ਸਾਡੇ ਅੰਗਾਂ 'ਚ ਵੱਸਦਾ, ਸਾਡੇ ਖੂਨ 'ਚ ਵੱਸਦਾ ਤਾਂ ਸਾਡੇ ਸਾਹ ਦੇ ਵਿੱਚ ਵੱਸਦਾ। ਅਕਸਰ ਹੀ ਫਿਲਮੀ ਉਦਯੋਗ ਨੂੰ ਮਰਦ ਪ੍ਰਧਾਨ ਕਿੱਤਾ ਸਮਝਿਆ ਜਾਂਦਾ ਹੈ। ਹਿੰਦੀ ਪੰਜਾਬੀ ਫਿਲਮਸ ਅਤੇ ਟੀਵੀ ਵਿੱਚ ਕਈ ਸਾਲਾਂ ਤੋਂ ਕੰਮ ਕਰ ਰਹੇ ਕੁਲਰਾਜ ਇਫਸਾ ਵਿੱਚ ਹਾਲਾਂਕਿ ਟੈਲੈਂਟਡ ਮਹਿਲਾਵਾਂ ਦੀ ਭਰਮਾਰ ਰਾਹੀਂ ਖੁਸ਼ ਹਨ। ਇਸ ਦੇ ਨਾਲ ਹੀ ਉਹ ਮਹਿਲਾਵਾਂ ਨੂੰ ਹੁੰਗਾਰਾ ਵੀ ਦੇਣਾ ਚਾਹੁੰਦੇ ਨੇ। ਅਗਰ ਸਬਜੈਕਟ ਅੱਛਾ ਹੈ, ਅਗਰ ਸਟੋਰੀ ਅੱਛੀ ਹੈ, ਅਗਰ ਪਰਫਾਰਮੈਂਸ ਅੱਛੀ ਹੈ, ਡਾਇਰੈਕਟਰ ਅੱਛਾ ਹੈ, ਤਾਂ ਕਿਉਂ ਨਹੀਂ ਦੇਖੇਂਗੇ? ਯੂ ਨੋ, ਆਡੀਅੰਸ ਇਜ਼ ਆਲਵੇਜ਼ ਰੈਡੀ ਟੂ ਸੀ ਗੁੱਡ ਕੁਆਲਿਟੀ ਵਰਕ। ਸੋ ਯਾ, ਆਈ ਇਨਕਰੇਜ ਐਵਰੀਬਡੀ, ਆਲ ਵਿਮਨ ਰਾਈਟਰਸ, ਡਾਇਰੈਕਟਰਸ, ਐਕਟਰਸ, ਕਮ ਆਊਟ ਦੇਅਰ ਪਲੀਜ਼ ਐਂਡ ਬ੍ਰਿੰਗ ਅਪ ਸਮ ਗੁੱਡ ਨਿਊ ਟੈਲੈਂਟ। ਘਰੇਲੂ ਹਿੰਸਾ ਕਾਫੀ ਸੰਵੇਦਨਸ਼ੀਲ ਵਿਸ਼ਾ ਹੈ, ਜਿਸ 'ਤੇ ਸੰਵਾਦ ਰਚਾਉਣ ਦੀ ਕੋਸ਼ਿਸ਼ ਲਗਾਤਾਰ ਹਰ ਪਾਸੇ ਜਾਰੀ ਹੈ। ਅਤੇ ਅਜਿਹੇ ਹੀ ਵਿਸ਼ੇ 'ਤੇ ਬਣੀ ਫਿਲਮ ਕੋਪਲੈਸ ਦਾ ਵੀ ਇਫਸਾ ਵਿੱਚ ਪ੍ਰੀਮੀਅਰ ਹੋ ਰਿਹਾ ਹੈ। ਜਨਾਨੀਆਂ ਸਾਡੀਆਂ ਬਹੁਤ ਸਬਰ ਕਰਦੀਆਂ ਬੰਦੇ ਦੇ ਹੱਥ 'ਤੇ ਵੀ, ਔਰ ਕਦੀ ਕਦੀ ਬੰਦੇ ਵੀ ਜਨਾਨੀ ਦੇ ਹੱਥ 'ਤੇ ਸਬਰ ਕਰਦੇ ਆ, ਹੈ ਨਾ। ਔਰ ਦਾਰੂ ਪੀਣਾ ਅਤੇ ਜਨਾਨੀ ਨੂੰ ਬਾਅਦ 'ਚ ਕੁੱਟਣਾ ਚੰਗੀ ਗੱਲ ਨਹੀਂ ਹੈਗੀ। ਸਿੱਖੀ ਧਰਮ 'ਚ ਤਾਂ ਇਹ ਸਿਖਾਇਆ ਨਹੀਂ ਜਾਂਦਾ, ਸੋ ਫਿਰ ਕਿੱਥੋਂ ਆਉਂਦਾ? ਇਹ ਸਾਡੇ ਕਮਿਊਨਿਟੀ ਔਰ ਸਾਡੇ ਕਲਚਰ ਨੇ ਬਰਦਾਸ਼ਤ ਕੀਤਾ ਬਹੁਤ ਚਿਰ ਲਈ ਕਿ ਘਰ ਦੀ ਘਰ ਹੀ ਰਹਿੰਦੀ ਆ। ਅਤੇ ਜਨਾਨੀਆਂ ਵੀ ਕਹਿੰਦੇ ਕਿ ਘਰ ਕੀ ਬਾਹਰ ਤਾਂ ਕਿਸੇ ਨੂੰ ਦੱਸਣਾ ਹੈਗਾ, ਇਹ ਘਰ ਦੀ ਗੱਲ ਕਿ ਮੈਂ ਬਰਦਾਸ਼ਤ ਕਰ ਲਾਂਗੀ, ਮੇਰਾ ਬੰਦਾ ਬਦਲ ਜਾਏਗਾ, ਵਾਹਿਗੁਰੂ ਕਿਰਪਾ ਕਰੇ ਕਿ ਬਦਲ ਜਾਏਗਾ। ਨਹੀਂ ਬਦਲਣਾ ਉਹਨੇ, ਅਤੇ ਜੋ ਤੁਹਾਡਾ ਮੁੰਡਾ ਜਾਂ ਬੱਚਾ ਤੁਹਾਨੂੰ ਕੋਈ ਵੀ ਕੁੱਟ ਕਰਦਾ, ਪੁਲਿਸ ਨੂੰ ਫੋਨ ਕਰੋ। ਦੇ ਨਾਲ ਹੀ ਇੱਕ ਹੋਰ ਅਜਿਹਾ ਵਿਸ਼ਾ ਹੈ ਜੋ ਕਿ ਆਮ ਹੈ ਅਤੇ ਖਾਸ ਵੀ, ਉਹ ਹੈ ਘਰਾਂ ਵਿੱਚ ਵੱਡੀ ਹੁੰਦੀ ਪੀੜ੍ਹੀ ਦਾ ਕਰੀਅਰ ਚੁਣਨ ਦਾ ਵਿਸ਼ਾ। ਇੱਕ ਸ਼ਾਰਟ ਫਿਲਮ ਵਿੱਚ ਮਾਂ ਦੀ ਭੂਮਿਕਾ ਦਾ ਕਿਰਦਾਰ ਨਿਭਾ ਰਹੇ ਹਰਮਿੰਦਰ ਕਹਿੰਦੇ ਨੇ, ਮੈਂ ਸਕ੍ਰਿਪਟ ਦੇਖਦੇ ਸਾੜੀ ਪੜ੍ਹ ਕੇ ਮੈਂ ਕਿਹਾ ਇਹ ਤਾਂ ਮੇਰੀ ਆਪਦੀ ਕਹਾਣੀ ਆ, ਕਿਉਂਕਿ ਜਦ ਮੇਰਾ ਬੇਟਾ ਗਰੋ ਕਰ ਹੋ ਰਿਹਾ ਸੀਗਾ ਹਾਈ ਸਕੂਲ, ਤਾਂ ਮੈਨੂੰ ਰੋਜ਼ ਇਹੀ ਪ੍ਰੋਬਲਮ ਆਉਂਦੀ ਸੀਗੀ। ਉਹ ਕੁਛ ਹੋਰ ਕਰਨਾ ਚਾਹੁੰਦਾ, ਮੈਂ ਅਸੀਂ ਜਿਹੜਾ ਸਾਊਥ ਏਸ਼ੀਅਨ ਹੈ ਪੇਰੈਂਟਸ ਵੀ ਨਹੀਂ, ਡਾਕਟਰ ਬਣਨਾ, ਇੰਜੀਨੀਅਰ ਬਣਨਾ, ਹੋਰ ਕੁਛ ਕਰਨਾ ਹੀ ਨਹੀਂ ਹੈ ਨਾ, ਸੋ ਪੜ੍ਹਾਈ ਕਰੋ, ਪੜ੍ਹਾਈ ਕਰੋ। ਸੋ ਸਕ੍ਰਿਪਟ ਦੇਖਦੇ ਸਾਰ ਮੈਨੂੰ ਓਕੇ ਕਰਤਾ। ਇਹ ਤਰ੍ਹਾਂ ਹੀ ਭਾਈਚਾਰੇ ਦੇ ਨੌਜਵਾਨ ਪੀੜ੍ਹੀ ਦੀ ਗੱਲ, ਇੱਕ ਅਜਿਹੀ ਫਿਲਮ ਵੀ ਬਣਾਈ ਗਈ ਹੈ ਜੋ ਮਾਪਿਆਂ ਦੁਆਰਾ ਉਹਨਾਂ ਦੀ ਜਵਾਨੀ ਵਿੱਚ ਨਜਿੱਠੀਆਂ ਗਈਆਂ ਔਕੜਾਂ ਤੇ ਚਾਨਣ ਪਾਉਂਦੀ ਹੈ। One of the things that I learned from just doing this film is don't stop asking your parents questions. Don't stop trying to get to know them, because we think they're so far apart from us, but their struggles and stories are so similar to what we went through, and you just probably don't even know because you don't even think to ask. ਇਫਸਾ 2022 ਵਿੱਚ ਵਿਖਾਈਆਂ ਜਾਣ ਵਾਲੀਆਂ ਸ਼ਾਰਟ ਫਿਲਮਸ ਵਿੱਚੋਂ ਇਸ ਸਾਲ 5 ਸ਼ਾਰਟ ਫਿਲਮਸ ਨੂੰ ਇਫਸਾ ਵੱਲੋਂ ਹੀ ਫੰਡ ਕੀਤਾ ਗਿਆ ਹੈ।
सबना फिल्म्स विच निर्माता निर्देशक एक्टर्स सब कनाडा विच वसदे प्रवासी भाईचारे दे ही प्रतिनिधता करदे हन. My film is called The Chase. It's a short film, and it's a story about a couple, a cab driver who is kind of struggling between helping out somebody in need or going after a passenger who runs off with his fare. Everyone from the film is based in Toronto. Yeah. So it's really nice. As a South Asian filmmaker, you know, you're posed with different challenges, and you know, and IFSA has really helped with that. So I think slowly, time ke saath, you're going to see more stories. I mean, the next generation's here. So. Perfect. So, aap yahi se hain, Toronto se? Brampton se. Oh, Brampton se. Yes. Wonderful. Aur jo aapne mother and daughter ko cast kiya hai, wo bhi Brampton se? They both Mississauga se. कैनेडा विच वसदे साउथ एशियन भाईचारे विच जेड़े व्यक्ति फिल्म्स दे किते दे नाल जुड़ना चाहते हैं उन्हां दे हुनर नूं हुंगारा देण लई इफसा कुछ मास्टर क्लासेस भी लैके आया है जिन्हां विच शबाना आजमी अते जावेद अख्तर वर्गे नामचीन व्यक्ति शामिल होणगे. मुझे ऐसा लगता है कि ये दुनिया में अब काफ़ी एक्सेप्ट कर लिया गया है कि सिर्फ जो एक वेस्ट टू ईस्ट एक होता था वो ख़त्म होके नाउ इट इज़ इम्पोर्टेंट दैट वी अंडरस्टैंड कल्चर्स इन टर्म्स ऑफ देमसेल्व्स. इसमें ख़ास तौर से साउथ एशियन फिल्म्स की ये सबसे बड़ा फिल्म फेस्टिवल है नॉर्थ अमेरिका में, तो जिस तरह की डाइवर्स फिल्में इसमें दिखाई जाती हैं वो ऑब्वियसली इज़ अ वे इज़ अ विंडो ऑफ व्हाट साउथ एशिया एक्चुअली ऑफर्स टू द वर्ल्ड. That's always very welcome. आज की जो आपको लगता है कि मार्केटिंग स्ट्रैटेजी बदल गई है, लोग फिल्म वुमेन सेंट्रिक ज़्यादा बात करते हैं जबकि कहानी सेंट्रिक कॉन्टेंट सेंट्रिक होनी चाहिए बात. नहीं, ऑफकोर्स आप बिल्कुल सही बात कह रहे हैं कि कॉन्टेंट सेंट्रिक होना चाहिए, लेकिन एक बहुत बड़ा तबका है औरतों का जो कि जिनको ट्रेडिशनली फिल्म ने सेकेंड दर्जा दिया है. अब वक्त आ गया कि लोग इसमें इंटरेस्टेड हैं, तो ज़रूर हमको जो है सिर्फ टोकनिज्म की वजह से नहीं बल्कि औरत होने के नाते जो कॉम्प्लेक्सिटी होती है उसके वेरी डिफरेंट कैरेक्टराइजेशंस हमको मौका मिला तो हमको इसको इस्तेमाल करना चाहिए. इफ्सा विच विखाइयां जाने वाली फिल्म्स अते मास्टर क्लासेस संबंधी वधेरे जानकारी इफ्सा दी वेबसाइट तो लई जा सकती है.